ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਸ ਐਂਡ ਟਰੈਵਲ ਤੇ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਅਪਡੇਟ ਆਈ ਆ ਖੁਸ਼ਖਬਰੀ ਦੀ ਵੀ ਗੱਲ ਆ ਜੇ ਕੋਈ ਆਪਣੀ ਪ੍ਰੋਪਰਟੀ ਦੀ ਰਜਿਸਟਰੀ ਕਰਾਣਾ ਚਾਹੁੰਦਾ ਪਲਾਟ ਜਾਂ ਘਰ ਦੀ ਤਾਂ ਉਸ ਦੇ ਉੱਪਰ ਤੁਹਾਨੂੰ ਬਹੁਤ ਵੱਡਾ ਡਿਸਕਾਊਂਟ ਦੇ ਰਹੀ ਹੈ ਪੰਜਾਬ ਸਰਕਾਰ ਓਨਲੀ ਕੇਵਲ ਮਾਰਚ ਮਹੀਨੇ ਲਈ ਸਵਾ 2% ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜੇ ਤੁਸੀਂ ਆਪਦੀ ਰਜਿਸਟਰੀ ਮਾਰਚ ਮਹੀਨੇ ਦੇ ਵਿੱਚ ਕਰਵਾਉਣਾ ਕਰਵਾਉਗੇ 31 ਮਾਰਚ ਤੋਂ ਪਹਿਲਾਂ-ਪਹਿਲਾਂ ਤਾਂ ਤੁਹਾਨੂੰ 1.2% ਦਾ ਫਾਇਦਾ ਹੋਊਗਾ ਉਹ ਕਿਵੇਂ ਹੋਊਗਾ ਆਪਾਂ ਥੋੜਾ ਐਕਸਪਲੇਨ ਕਰ ਦਿੰਨੇ ਆ ਮੰਨ ਲਓ ਤੁਸੀਂ ਮਾਰਚ ਮਹੀਨੇ ਤੋਂ ਪਹਿਲਾਂ ਫਰਵਰੀ ਜ ਰਜਿਸਟਰੀ ਕਰਾ ਰਹੇ ਸੀ ਲੇਡੀਜ਼ ਦੇ ਉੱਪਰ ਤਾਂ ਜਿਵੇਂ ਲੇਟਸ ਦੇ ਉੱਪਰ 3% ਹੁੰਦਾ ਆ ਮਿਊਚੁਅਲ 4 ਹੁੰਦਾ ਹੈ ਤੇ ਜੈਂਸ ਤੇ 5% ਹੁੰਦਾ ਹੈ ਤੇ ਇਸੇ ਤਰ੍ਹਾਂ ਜੇ ਤੁਸੀਂ ਲੇਡੀਜ਼ ਤੇ ਹੁਣ ਕਰਵਾਉਗੇ ਮਾਰਚ ਦੇ ਵਿੱਚ ਆਪਣੀ ਪਲਾਟ ਜਾਂ ਘਰ ਦੀ ਰਜਿਸਟਰੀ ਤਾਂ ਤੁਹਾਡਾ ਖਰਚਾ ਆਊਗਾ 2% ਇਸੇ ਤਰ੍ਹਾਂ ਸਵਾ 1% ਸਰਕਾਰ ਦੀ ਇੱਕ ਹੋਰ ਫੀਸ ਹੁੰਦੀ ਹੈ ਰਜਿਸਟਰੀ ਦੇ ਵਿੱਚ ਤੇ ਉਸ ਦੇ ਵਿੱਚ ਵੀ ਸਵਾ 2% ਹੁੰਦੀ ਹੈ ਉਸ ਦੇ ਵਿੱਚ ਵੀ ਸਵਾ 1% ਦਾ ਡਿਸਕਾਊਂਟ ਦੇ ਰਹੀ ਹੈ ਜਿਵੇਂ 3% ਹੋ ਗਿਆ ਜੀ ਤੇ ਸਵਾ 1% ਉਧਰੋਂ ਆ ਗਿਆ ਤਾਂ ਤੁਹਾਡਾ ਜਿਹੜੀ ਰਜਿਸਟਰੀ ਖਰਚਾ ਫਰਵਰੀ ਦੇ ਵਿੱਚ 6% ਆਇਆ ਸੀਗਾ 5% ਆਇਆ ਸੀ ਤਾਂ ਉਹ ਖਰਚਾ ਤੁਹਾਡਾ ਹੁਣ 3% ਰਹਿ ਜਾਊਗਾ ਸੋ ਇਹ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ ਜੇ ਤੁਸੀਂ ਆਪਣੀ ਕੋਈ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਿਵੇਂ ਕੋਈ ਰੈਡੀ ਟੂ ਮੂਵ ਕਰ ਲੈਣਾ ਚਾਹੁੰਦੇ ਹੋ ਜੋ ਘਰ ਮਹਿੰਗੇ ਹੁੰਦੇ ਆ ਕਰੋੜ ਦਾ ਹੁੰਦਾ ਹੈ ਜਾਂ ਇਸ ਤੋਂ ਜ਼ਿਆਦਾ ਹੁੰਦੇ ਆ ਤਾਂ ਤੁਸੀਂ ਮਾਰਚ ਤੋਂ ਅੱਗੇ ਲੈਣਾ ਚਾਹੁੰਦੇ ਹੋ April 'ਚ ਜਾਂ May 'ਚ ਤਾਂ ਉਹ ਜੇ ਤੁਸੀਂ ਹੁਣ ਰਜਿਸਟਰੀ ਕਰਾ ਲੈਂਦੇ ਹੋ 31 ਮਾਰਚ ਤੋਂ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਕਾਫੀ ਜ਼ਿਆਦਾ ਉਸ ਦੇ ਵਿੱਚ ਫੇਵਰ ਹੋਏਗੀ ਉਹ ਆਪਾਂ ਤੁਹਾਨੂੰ ਐਕਸਪਲੇਨ ਕੀਤਾ ਆ ਜੇ ਤੁਸੀਂ ਲੇਡੀਜ਼ ਦੇ ਉੱਪਰ ਲੈ ਰਹੇ ਹੋ ਤਾਂ ਤੁਹਾਨੂੰ 3% ਦਾ ਜਿਹੜਾ ਹੈ ਉਹਦੇ ਤੁਹਾਨੂੰ 1% ਦਾ ਸਟੈਂਪ ਡਿਊਟੀ ਮਾਫ ਹੋ ਜਾਏਗੀ 2% ਰਹਿ ਜਾਏਗਾ ਤੇ ਸਵਾ ਪਰਸੈਂਟ ਜਿਹੜੀ ਦੂਸਰੀ ਫੀਸ ਸਰਕਾਰ ਦੀ ਹੁੰਦੀ ਆ ਤਾਂ ਉਸ ਦੇ ਵਿੱਚੋਂ ਡਿਸਕਾਊਂਟ ਹੋ ਜਾਏਗਾ ਤਾਂ ਟੋਟਲ ਤੁਹਾਨੂੰ 2.5 ਪਰਸੈਂਟ ਦਾ ਜਿਹੜਾ ਫੇਵਰ ਮਿਲੇਗੀ ਪੰਜਾਬ ਸਰਕਾਰ ਵੱਲੋਂ ਉਸ ਦਾ ਜੋ ਮੇਨ ਮੋਟਿਵ ਆ ਪੰਜਾਬ ਸਰਕਾਰ ਦਾ ਉਹ ਈ ਆ ਵੀ ਇਸ ਮਹੀਨੇ ਦੇ ਵਿੱਚ ਉਹਨਾਂ ਦਾ ਬਜਟ ਚੱਲ ਰਿਹਾ ਹੈ ਤਾਂ ਪੰਜਾਬ ਸਰਕਾਰ ਇਹ ਚਾਹ ਰਹੀ ਆ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਰੈਵਨੂ ਇਕੱਠਾ ਹੋਵੇ ਤੇ ਇਸੇ ਕਰਕੇ ਉਹਨਾਂ ਨੇ ਡਿਸਕਾਊਂਟ ਦਿੱਤਾ ਤਾਂ ਜੋ ਜਿਹੜੇ ਲੋਕ April ਚ May ਚ ਰਜਿਸਟਰੀਆਂ ਕਰਵਾਉਣਾ ਚਾਹੁੰਦੇ ਆ ਉਹ ਸਾਰੀ ਰਜਿਸਟਰੀਆਂ ਲੋਕ ਜਿਆਦਾਤਰ March ਮਹੀਨੇ ਚ ਕਰਵਾ ਲੈਣ ਤਾਂ ਜੋ ਜੋ ਵੀ ਪ੍ਰੋਜੈਕਟ ਨੇ ਸੋਸ਼ਲ ਪ੍ਰੋਜੈਕਟ ਹੁੰਦੇ ਆ ਸਰਕਾਰਾਂ ਦੇ ਪੰਜਾਬ ਸਰਕਾਰ ਦੇ ਤਾਂ ਉਹ ਇਸ ਮਹੀਨੇ ਦੇ ਅਗਲੇ ਮਹੀਨੇ ਆਪਣੇ ਸ਼ੁਰੂ ਕਰ ਸਕਣ ਤਾਂ ਉਸ ਨੂੰ ਉਹਨਾਂ ਨੇ ਮੱਦੇ ਨਜ਼ਰ ਰੱਖਦੇ ਹੋਏ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਕੇਵਲ March ਮਹੀਨੇ ਦੇ ਵਿੱਚ ਵਿੱਚ ਡਿਸਕਾਊਂਟ ਦਿੱਤਾ ਆ ਮੇਬੀ ਅਗਲੇ ਜਿਆਦਾਤਰ ਚਾਂਸ ਸੀ ਆ ਵੀ April ਤੋਂ ਸ਼ਾਇਦ ਉਹ ਪੁਰਾਣੇ ਜਿਹੜੇ ਰੇਟ ਨੇ 3% ਲੇਡੀਜ਼ ਤੇ 4% ਮਿਊਚੁਅਲ 5% ਜੈਂਟਸ ਤੇ ਲਾਗੂ ਹੋ ਜਾਣਗੇ ਪਰ ਇਸ ਮਾਰਚ ਦੇ ਵਿੱਚ ਜਿਹੜਾ ਡਿਸਕਾਊਂਟ ਮਿਲ ਰਿਹਾ 1% ਜਿਹੜਾ ਮਿਲ ਰਿਹਾ ਲੇਡੀਜ਼ ਦੇ ਉੱਪਰ ਜਾਂ ਜੈਂਟਸ ਦੇ ਉੱਪਰ ਕਰਾ ਰਹੇ ਹਾਂ ਤੇ ਸਵਾ 1% ਜਿਹੜੀ ਸਰਕਾਰ ਦੀ ਦੂਸਰੀ ਫੀਸ ਹੁੰਦੀ ਆ ਉਸ ਦੇ ਵਿੱਚ ਉਹ ਡਿਸਕਾਊਂਟ ਦੇ ਰਿਹਾ ਸੋ ਇਹ ਕਾਫੀ ਅੱਛੀ ਖਬਰ ਆ ਕੁਝ ਖਬਰਾਂ ਦੀ ਵੀ ਗੱਲ ਹੈਗੀ ਆ ਤੇ ਲੋਕ ਜਿਹੜੇ ਵੀ ਕੋਈ ਆਪਣੀ ਰਜਿਸਟਰੀ ਕਰਾਉਣਾ ਚਾਹੁੰਦੇ ਆ ਜਿਨ੍ਹਾਂ ਨੇ ਅਗਲੇ April May ਦੇ ਵਿੱਚ ਮਨ ਬਣਾ ਰਹੇ ਆ ਤਾਂ ਉਹ ਆਪਣੀ ਟਰਾਈ ਕਰ ਸਕਦੇ ਆ March ਦੇ ਵਿੱਚ ਅਰੇਂਜ ਕਰਕੇ ਆਪਣਾ ਰਜਿਸਟਰੀ ਕਰਵਾ ਲੈਣ ਤੇ ਜਿ ਰਜਿਸਟਰੀਆਂ ਤੇ ਕਾਫੀ ਜਿਆਦਾ ਬੁਕਿੰਗ ਵੀ ਹੋ ਰਹੀ ਆ ਸੋ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਛੇਤੀ ਛੇਤੀ ਆਪਣੀ ਡੇਟ ਲੈ ਕੇ ਆਪਣੀ ਰਜਿਸਟਰੀ ਕਰਵਾ ਸਕਦੇ ਹੋ ਤੁਸੀਂ ਜੇ ਇਹ ਐਫਰ ਤੁਹਾਨੂੰ ਵਧੀਆ ਲੱਗਦੇ ਆ ਆਪਣੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦੇ ਉੱਪਰ ਦਬਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਦਾ ਜੋ ਵੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਉਹਨਾਂ ਦਾ ਇਸ ਮਹੀਨੇ ਦੇ ਵਿੱਚ ਫਾਇਦਾ ਹੋ ਸਕੇ ਤੋਂ ਸਭ ਦਾ ਧੰਨਵਾਦ ਵੈਲਕਮ